ਸ਼੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਆਪਾਂ ਪਹੁੰਚੇ ਹਾਂ ਤਰਨ ਤਾਰਨ ਦਰਬਾਰ ਸਾਹਿਬ। ਆਓ ਤੁਹਾਨੂੰ ਇਸ ਦੇ ਇਤਿਹਾਸ ਬਾਰੇ ਜਾਣੂ ਕਰਵਾਈਏ। ਇਹ ਹੈਗੀ ਜੀ ਸ਼ਹੀਦੀ ਸਾਕਾ ਭਾਈ ਸੁਖਦੇਵ ਸਿੰਘ ਜੀ, ਭਾਈ ਸ਼ਹਿਬਾਜ਼ ਸਿੰਘ ਜੀ। ਇਸ ਵਿੱਚ ਭਾਈ ਸੁਖਦੇਵ ਸਿੰਘ ਅਤੇ ਭਾਈ ਸ਼ਹਿਬਾਜ਼ ਸਿੰਘ ਜੀ ਨੂੰ ਚੜਖੜੀਆਂ ਦੇ ਵਿੱਚ ਪੀਸਿਆ ਗਿਆ। ਅੱਗੇ ਇਤਿਹਾਸ ਆਓ ਤੁਹਾਨੂੰ ਇਸ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹੈਗੇ। ਇਹ ਹੈਗਾ ਜੀ ਇਤਿਹਾਸ। ਜ਼ਾਲਮ ਮੁਗਲਾਂ ਵੱਲੋਂ ਛੋਟੇ ਛੋਟੇ ਬੱਚਿਆਂ ਦੇ ਕਤਲ ਕਰਕੇ ਉਹਨਾਂ ਦੀਆਂ ਮਾਵਾਂ ਦੇ ਗਲਾਂ ਵਿੱਚ ਹਾਰ ਪਾਏ ਗਏ। ਉਹਨਾਂ ਦੇ ਸ਼ਹੀਦ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਬੰਨ ਬੰਨ ਕੱਟ ਦਿੱਤਾ ਗਿਆ ਅਤੇ ਇਹਨਾਂ ਦਾ ਇਤਿਹਾਸ ਸ਼ਹੀਦੀ ਸਾਕਾ ਭਾਈ ਮਤੀ ਦਾਸ ਜੀ, ਜਿਨ੍ਹਾਂ ਨੂੰ ਆਰੇ ਦੇ ਵਿੱਚ ਨਾਲ ਚੀਰਿਆ ਗਿਆ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਇਹ ਹੈ ਜੀ ਮੁਰਾਦਪੁਰ ਦੇ ਚੌਧਰੀ ਨੂੰ ਰੋਗ ਮੁਕਤ ਕੀਤਾ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ। ਆਓ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਾਂ। ਇਹ ਹਨ ਜੀ ਭਾਈ ਮੰਝ ਜੀ। ਆਓ ਇਹਨਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਈਏ। ਭਾਈ ਮੰਝ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਿੱਖ ਭਾਈ ਮਾਨ ਸਿੰਘ ਜੀ ਲੰਗਰ ਵਾਸਤੇ ਭਾਈ ਮੰਝ ਸਿੰਘ ਜੀ ਲੱਕੜੀਆਂ ਇਕੱਠੀਆਂ ਕਰਦੇ ਸਨ ਅਤੇ ਲੱਕੜੀਆਂ ਦੀ ਸੇਵਾ ਕਰਦੇ ਸਨ। ਭਾਈ ਬੁੱਧੂ ਜੀ, ਆਓ ਇਹਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਈਏ। ਭਾਈ ਬੁੱਧੂ ਦਾ ਆਵਾ ਕੱਚਾ, ਇਸ ਵਿੱਚ ਭਾਈ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਰਜਨ ਦੇਵ ਜੀ ਨੇ ਭਾਈ ਬੁੱਧੂ ਜੀ ਨੂੰ ਕਿਹਾ ਕਿ ਤੁਹਾਡੇ ਕੱਚੇ ਆਵੇ ਵੀ ਪੱਕਿਆਂ ਆਵਿਆਂ ਦੇ ਭਾਅ ਵਿਕਣਗੇ। ਦੋਹਿਤਾ ਬਾਣੀ ਕਾ ਬੋਹਿਥਾ, ਬੀਬੀ ਰਜਨੀ, ਜਿਨ੍ਹਾਂ ਦਾ ਬਿਹਾਰ ਇਸ ਵਿੱਚ ਮਾਤਾ ਖੀਵੀ ਜੀ ਗੁਰੂ ਘਰ ਦੀ ਲੰਗਰ ਦੀ ਸੇਵਾ ਕਰਦੇ ਹੋਏ ਅਤੇ ਸੰਗਤਾਂ ਦੀਆਂ ਲੋੜਾਂ ਪੂਰੀਆਂ ਕਰਦੇ ਹੋਏ, ਜਿਵੇਂ ਕੱਪੜਾ, ਰੋਟੀ, ਮਕਾਨ ਆਦਿ, ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਕੀਤੀਆਂ ਗਈਆਂ।
इस तस्वीर में श्री गुरु नानक देव जी भाई लहना यानी कि श्री गुरु अंगद देव जी को गुरगद्दी सौंपते हुए